ਦੇਖੋ ਲੁਟੇਰਿਆਂ ਦੀ ਲੁੱਟ ਦੀ ਨਵੀਂ ਤਕਨੀਕ ਕਿਤੇ ਤੁਸੀਂ ਵੀ ਲੁਟੇਰਿਆਂ ਦੀਆਂ ਗੱਲਾਂ 'ਚ ਨਾ ਆ ਜਾਇਓ ਪਤੀ ਦਾ ਸੰਦੇਸ਼ ਦੱਸਣ ਆਏ ਲੁੱਟ ਕੇ ਲੈ ਗਏ ਸਾਰਾ ਘਰ ਇਹ ਜਿਹੜੇ ਘਰ ਦੇ ਬਾਹਰ ਗੇਟ ਖੜਕਾਉਣ ਵਾਲੇ ਬੰਦੇ ਤੁਸੀਂ ਦੇਖ ਰਹੇ ਹੋ ਇਸ ਘਰਦਿਆਂ ਦਾ ਕੋਈ ਫੈਮਿਲੀ ਮੈਂਬਰ ਜਾਂ ਕੋਈ ਰਿਸ਼ਤੇਦਾਰ ਨਹੀਂ ਹੈ ਤੁਹਾਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇਹ ਲੁਟੇਰੇ ਨੇ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ ਕਿ ਆਲੇ ਦੁਆਲੇ ਰੋਡ ਵੀ ਚੱਲ ਰਿਹਾ ਹੈ ਪਰ ਫਿਰ ਵੀ ਬੜੇ ਆਰਾਮ ਨਾਲ ਲੁਟੇਰੇ ਘਰ ਲੁੱਟਣ ਦੀ ਤਿਆਰੀ ਕਰ ਰਹੇ ਨੇ ਇਹ ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਦਾ ਹੈ ਜਿੱਥੇ ਇੱਕ ਘਰ ਵਿੱਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਘਰ ਦਾ ਮੁਖੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਤੇ ਉਸਦੇ ਘਰ ਸ਼ਾਮ 4 ਵਜੇ ਦੇ ਕਰੀਬ ਦੋ ਨੌਜਵਾਨ ਪੈਦਲ ਆਏ ਤੇ ਘਰ ਵਿੱਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਘਰ ਵਿੱਚ ਔਰਤ ਇਕੱਲੀ ਸੀ ਤੇ ਨੌਜਵਾਨਾਂ ਨੇ ਦਰਵਾਜ਼ਾ ਖੜਕਾ ਕੇ ਕਿਹਾ ਕਿ ਤੁਹਾਡੇ ਪਤੀ ਨੇ ਜੇਲ੍ਹ ਵਿੱਚੋਂ ਸੁਨੇਹਾ ਭੇਜਿਆ ਹੈ ਔਰਤ ਨੇ ਦਰਵਾਜ਼ਾ ਖੋਲਿਆ ਤਾਂ ਇਹਨਾਂ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੀ ਨਾਮ ਹੈ ਮੇਰਾ ਲਖਵਿੰਦਰ ਸਿੰਘ ਜੀ ਹਾਂਜੀ ਕਿਹੜਾ ਲੱਗਾ ਜੀ ਇੱਕ ਕੋਟ ਆਤਵਾਰਾਂ ਗਲੀ ਨੰਬਰ 1 ਹਾਂਜੀ ਸਰ ਕੀ ਹੋਇਆ ਜੀ ਕੁਦਮਾਂ ਗਲੀ ਇਹ ਜੀ ਅੱਜ ਦੁਪਹਿਰੇ ਕੋਈ 4:15 ਵਜੇ ਵਾਰਦਾਤ ਤੇ ਦੋ ਬੰਦੇ ਆਏ ਸੀ ਇਹ ਘਰਾਂ ਦਾ ਮਾਲਕ ਜੇਲ੍ਹ 'ਚ ਉਹਨੂੰ ਕਿਹਾ ਹੈਗਾ ਵੀ ਜੇਲ੍ਹ 'ਚੋਂ ਸਾਨੂੰ ਇਹ ਮਿਲਣ ਵਾਸਤੇ ਉਹ ਆ ਗਏ ਫਿਰ ਡਕੈਤੀ ਕਰਕੇ ਜਗਿਆ ਨਾ ਅਤੇ ਕੈਸ਼ ਲੈ ਗਏ ਨਾ ਕਿੰਨੀ ਅਮਾਊਂਟ ਹੈ ਸਰ ਅਮਾਊਂਟ ਦਾ ਇਹ ਆਪਾਂ ਪਤਾ ਨਹੀਂ ਉਹਨਾਂ ਦਾ ਘਬਰਾਏ ਬਾਅਦ 'ਚ ਦੱਸਣਗੇ ਜਿੰਨਾ ਅਮਾਊਂਟ ਹੋਈ ਉਹਨਾਂ ਦਾ ਹਿਸਾਬ ਨਾਲ ਦਫ਼ਤਰ ਪ੍ਰਵਾਨ ਨਹੀਂ ਕਰ ਦੋ ਜਣੇ ਜੀ ਘਰ ਉਹਦੇ ਮਿਸਿਜ ਸੀ ਬੰਦੇ ਦੇ ਨਾਲ ਦੋ ਬੱਚੇ ਸੀ ਨਾਲ ਸਾਲੇ ਦੇ ਇੱਕ ਬੱਚਾ ਸੀ ਤਿੰਨ ਬੱਚੇ ਹਾਂਜੀ 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 ਪੂਰੀ ਹੈਲਪ ਪੁਲਿਸ ਪੂਰੀ ਹੈਲਪ ਕਰ ਰਹੀ ਹੈ ਜੀ ਹੇਠਾਂ ਕੀ ਮੰਗ ਕਰਦੀ ਪ੍ਰਸ਼ਾਸਨ ਤੋਂ ਕਾਰਵਾਈ ਜੋ ਕਾਰਵਾਈ ਬਣਦੀ ਉਹ ਪੂਰੀ ਕਰਨਾ ਆਪਣੇ ਜੋ ਉਧਰ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਤੇ ਜਲਦ ਹੀ ਆਰੋਪੀਆਂ ਨੂੰ ਕਾਬੂ ਕੀਤਾ ਜਾਵੇਗਾ ਮਨਪ੍ਰੀਤ ਕੌਰ ਹੈ ਵਾਈਫਾਈ ਜਸਵੀਰ ਸਿੰਘ ਕੰਡਾ ਇਹ ਕੋਟ ਆਤਮਾਰਾਮ ਵਿੱਚ ਰਹਿੰਦੇ ਨੇ ਅੱਜ ਕਰੀਬ 4 ਵਜੇ ਇਹਨਾਂ ਦੇ ਘਰ ਦੋ ਵਿਅਕਤੀ ਆਏ ਮੋਨੇ ਮੁੰਡੇ ਸੀ ਉਹਨਾਂ ਨੇ ਆ ਕੇ ਦੱਸਿਆ ਵੀ ਤੁਹਾਡੇ ਘਰ ਵਾਲੇ ਨੇ ਸਾਨੂੰ ਭੇਜਿਆ ਹੈ ਕਿਉਂਕਿ ਜਸਵੀਰ ਸਿੰਘ ਜੇਲ੍ਹ ਦੇ ਵਿੱਚ ਬੰਦ ਹੈ ਸੈਂਟਰ ਜੇਲ੍ਹ 'ਚ ਅੰਮ੍ਰਿਤਸਰ ਅਤੇ ਇਹਦੀ ਘਰਵਾਲੀ ਨੇ ਉਹਨੂੰ ਵੇਖ ਕੇ ਅਤੇ ਵੀ ਸ਼ਾਇਦ ਕੋਈ ਮੇਰੇ ਘਰ ਵਾਲੇ ਨੇ ਭੇਜਿਆ ਹੋਊਗਾ ਉਹਨਾਂ ਨਾਲ ਗੱਲਬਾਤ ਕਰਨ ਲੱਗ ਪਏ ਉਸ ਤੋਂ ਬਾਅਦ ਜਾ ਕੇ ਥੋੜ੍ਹੇ ਦਿਨ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਦਾਤਰ ਵਿਖਾ ਕੇ ਅਤੇ ਕੁਛ ਜਿਹੜਾ ਸੋਨਾ ਸੀ ਗਹਿਣਾ ਸੀ ਉਹਦਾ ਉਹ ਲੈ ਲਿਆ ਅਤੇ ਪੈਸੇ ਸੀ ਕੁਛ ਉਹ ਕਿਤੇ ਇਹਨੂੰ ਅੰਦਰ ਬੰਦ ਕਰਕੇ ਅਤੇ ਭੱਜ ਗਏ ਕਿੰਨੀ ਅਮਾਊਂਟ ਸਰ ਕੋਈ ਅਮਾਊਂਟ ਜੇ ਪ੍ਰੋਪਰ ਉਹਨਾਂ ਚੈੱਕ ਨਹੀਂ ਕੀਤੀ ਹੈ ਘਬਰਾਏ ਹੋਏ ਨੇ ਕਿੰਨੇ ਜਣੇ ਆਏ ਸੀ ਦੋ ਜਣੇ ਸੀ ਮੋਟਰਸਾਈਕਲ ਪੈਦਲ प्रेम प्यार सिरे ना चढ़ना कोर्ट कचहरियां दे चक्करां दी परेशानी तो मुक्ति ले पहुंचो मियां बशीर खान जी कोल एक बार फोन जरूर करो तुहाडा एक फोन बदल सकदा तुहाडी जिंदगी प्यार विच धोखा खान वाले प्रेमी प्रेमिका भी एक बार जरूर संपर्क करन हुण सुपने देखना छड्डो ए सब मुसीबतां जां ख्वाहिशां नूं पूरा करन लई चुको कदम फोन नंबर 9876